गुड मॉर्निंग टू ऑल। टूडे इज़ माई टॉपिक ऑन रिएक्शन टू इंजरी। खेडां दे खेतर विच इंजरी आम ही हुंदी है। कुछ क देश खेडां दे खेतर विच तरक्की चाहुंदे हन, तां जो व्यक्ति हुंदे ने जो ओह तन मन नाल खेडदे हन। थोड़ा जा सानू की है इंजरी बारे नॉलेज होनी चाहिए है। जिहड़ियां 78% इंजरीज हुंदियां ने ਉਹ ਖੇਡਾਂ ਕਰਕੇ ਹੀ ਹੁੰਦੀਆਂ ਹਨ। ਜਾਂ ਤਾਂ ਗਰਾਊਂਡ ਉੱਚੇ ਨੀਵੇਂ ਹੁੰਦੇ ਹਨ, ਠੀਕ ਆ, ਜਾਂ ਕੀ ਹੈ ਤਕਨੀਕ ਦੀ ਘਾਟ ਹੁੰਦੀ ਹੈ। ਅਸੀਂ ਆਮ ਹੀ ਦੇਖਦੇ ਹਾਂ ਕਿ ਜੇਕਰ ਸਾਨੂੰ ਇੰਜਰੀ ਬਾਰੇ ਨੌਲੇਜ ਹੋਵੇਗੀ, ਠੀਕ ਹੈ, ਫਿਰ ਹੀ ਅਸੀਂ ਆਪਣੇ ਬਾਡੀ ਸਟਰਕਚਰ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ, ਬਾਡੀ ਦੇ ਫੰਕਸ਼ਨ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂ ਕਿ ਅਸੀਂ ਇੰਜਰੀ ਤੋਂ ਬਚ ਸਕੀਏ। ਜੇਕਰ ਇੰਜਰੀ ਬਾਰੇ ਸਾਨੂੰ ਨੌਲੇਜ ਹੋਵੇਗੀ ਜੇਕਰ ਇੰਜਰੀ ਬਾਰੇ ਸਾਨੂੰ ਕੀ ਹੈ ਨੌਲੇਜ ਹੋਗੀ, ਤਾਂ ਕੀ ਹੈ ਸਪੋਰਟਸ ਮੈਡੀਸਨ ਬਾਰੇ ਅਤੇ ਉਸ ਦੇ ਮੈਨੇਜਮੈਂਟ ਬਾਰੇ ਜਾਂ ਇੰਜਰੀ ਤੋਂ ਕਿਵੇਂ ਬਚ ਸਕਦੇ ਹਾਂ ਉਸ ਦੀ ਰੋਕਥਾਮ ਬਾਰੇ ਪਤਾ ਹੋਣਾ ਚਾਹੀਦਾ ਹੈ, ਠੀਕ ਹੈ। ਉਸ ਤੋਂ ਬਾਅਦ ਬੱਚੇ ਕੀ ਹੈ ਇੰਜਰੀ ਆਮ ਹੀ ਦੇਖਣ ਨੂੰ ਮਿਲਦੀ ਹੈ ਕਿ ਇੰਜਰੀ ਗਰਾਊਂਡ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਇੰਜਰੀ ਬਹੁਤ ਜ਼ਿਆਦਾ ਪ੍ਰਕਾਰ ਦੀ ਹੁੰਦੀ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ ਸ਼ੋਲਡਰ ਦੀ ਇੰਜਰੀ ਹੋ ਗਈ, ਨੀ ਦੀ ਇੰਜਰੀ ਹੋ ਗਈ, ਐਲਬੋ ਦੀ ਇੰਜਰੀ ਹੋ ਗਈ, ਫੁੱਟ ਦੀ ਇੰਜਰੀ ਹੋ ਗਈ, ਠੀਕ ਹੈ। ਉਸ ਤੋਂ ਬਾਅਦ ਕੀ ਹੈ ਤੁਹਾਡੀ ਰੈਸਟ ਦੀ ਇੰਜਰੀ ਹੋ ਗਈ। ਇਹ ਸਾਰੀਆਂ ਇੰਜਰੀਆਂ ਕੀ ਹੈ ਸਪੋਰਟਸ ਦੇ ਵਿੱਚ ਖੇਡਾਂ ਦੇ ਖੇਤਰ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ। ਜੇ ਦੇਖੀਏ ਆਪਾਂ ਤਾਂ ਹੋਰ ਵੀ ਇੰਜਰੀ ਹੋਰ ਵੀ ਤਰ੍ਹਾਂ ਦੀਆਂ ਇੰਜਰੀਆਂ ਹੁੰਦੀਆਂ ਨੇ, ਜਿਵੇਂ ਰਗੜ ਹੋ ਗਈ, ਠੀਕ ਹੈ, ਬੱਚੇ ਮਾਸ ਦਾ ਫਟ ਜਾਣਾ। ਉਸ ਤੋਂ ਬਾਅਦ ਦੇਖਿਆ ਜਾਵੇ ਤੁਹਾਡਾ ਆਪਣੀ ਜਿਹੜੀ ਬੋਨਸ ਹੈ ਉਸ ਦੇ ਉੱਤੇ ਕੀ ਹੈ ਫ੍ਰੈਕਚਰ ਆ ਜਾਣਾ। ਇਹ ਸਾਰੀਆਂ ਚੀਜ਼ਾਂ ਕੀ ਹੈ ਇਹ ਇੰਜਰੀ ਕਾਰਨ ਹੀ ਹੁੰਦੀਆਂ। ਤਾਂ ਉਸ ਤੋਂ ਬਾਅਦ ਬੱਚੇ ਆਪਾਂ ਦੇਖ ਸਕਦੇ ਹਾਂ ਕਿ ਇੰਜਰੀ ਹਰ ਇੱਕ ਗੇਮ ਦੇ ਵਿੱਚ ਹਰ ਇੱਕ ਐਕਟੀਵਿਟੀ ਦੇ ਵਿੱਚ ਹੋਣੀ ਕੀ ਆ ਸੁਭਾਵਿਕ ਹੀ ਹੁੰਦੀ ਆ। ਉਸ ਤੋਂ ਬਾਅਦ ਇੱਕ ਇਹਦੇ ਵਿੱਚ ਆਪਾਂ ਇਹ ਰਿਐਕਸ਼ਨ ਟੂ ਇੰਜਰੀ ਦੇ ਵਿੱਚ ਇੱਕ ਰੋਸ ਕਵਲਰ ਕਵਲਰ ਐਂਡ ਰੋਸ ਇਹਨੇ ਬੱਚੇ ਕੀ ਸੀਗੀਆਂ 5 ਸਟੇਜਾਂ ਦਿੱਤੀਆਂ, ਇਹਨਾਂ ਨੇ ਕੀ ਸੀ 5 ਸਟੇਜਾਂ ਦਿੱਤੀਆਂ ਗੀਆਂ। ਉਸ ਦੇ ਵਿੱਚ ਉਹਨਾਂ ਨੇ ਇੱਕ ਮਾਡਲ ਤਿਆਰ ਕੀਤਾ ਸੀ ਜੋ 1969 ਦੇ ਵਿੱਚ ਤਿਆਰ ਕੀਤਾ ਸੀਗਾ, ਠੀਕ ਹੈ। ਕੋਵਲਰ ਐਂਡ ਰੋਸ ਨੇ ਕੀ ਆ 5 ਸਟੇਜਾਂ ਦਿੱਤੀਆਂ ਸੀਗੀਆਂ। ਉਸ ਤੋਂ ਬਾਅਦ ਬੱਚੇ ਇੱਕ ਮਾਡਲ ਤਿਆਰ ਕੀਤਾ ਗਿਆ ਸੀ ਕਵਲਰ ਐਂਡ ਰੋਸੋ ਦੁਆਰਾ, ਠੀਕ ਆ, ਕਿੰਨੇ ਦੇ ਵਿੱਚ ਕਰਿਆ ਗਿਆ ਸੀ 1969 ਦੇ ਵਿੱਚ। ਫਿਰ ਉਸ ਤੋਂ ਬਾਅਦ ਉਹਨੇ ਇੱਕ ਬੁੱਕ ਲਿਖੀ ਸੀ ਬਈ, ਇੱਕ ਬੁੱਕ ਲਿਖੀ ਸੀ ਜਿਹਦਾ ਨਾਮ ਸੀਗਾ ਡੈਥ ਆਫ ਡੇਇੰਗ। ਡੈਥ ਆਫ ਡੇਇੰਗ ਦੇ ਵਿੱਚ ਕੀ ਆ ਇੰਜਰੀ ਬਾਰੇ ਉਸਨੇ ਕੀ ਸੀਗਾ ਦੱਸਿਆ ਹੋਇਆ ਸੀਗਾ, ਠੀਕ ਹੈ। ਇਹ ਬੁੱਕ ਦੇ ਵਿੱਚ ਕੀ ਲਿਖਿਆ ਸੀਗਾ ਇੰਜਰੀ ਬਾਰੇ ਦੱਸਿਆ ਹੋਇਆ ਸੀਗਾ। ਉਸ ਤੋਂ ਬਾਅਦ ਬੱਚੇ ਤੁਸੀਂ ਰਾਈਸ ਬਾਰੇ ਸੁਣਿਆ ਹੋਣਾ, ਠੀਕ ਹੈ। ਰਾਈਸ ਹੁੰਦਾ ਕੀ ਹੈ, ਰਾਈਸ ਮਤਲਬ ਆਰ ਹੈਗੀ ਆ ਰੈਸਟ, ਠੀਕ ਆ, ਆਰ ਤੇ ਹੈਗੀ ਆ ਰੈਸਟ। ਆਈ ਮੀਨਸ ਆਈਸ, ਆਈ ਮੀਨਸ ਆਈਸ, ਸੀ ਮੀਨਸ ਕੰਪੈਂਸ਼ਨ, ਠੀਕ ਹੈ, ਈ ਐਲੀਵੇਸ਼ਨ ਐਲੀਵੇਸ਼ਨ, ਠੀਕ ਹੈ, ਆਰ ਤੇ ਹੈਗਾ ਰੈਸਟ। ਜਦੋਂ ਬੱਚੇ ਤੁਹਾਡੇ ਕੋਈ ਵੀ ਇੰਜਰੀ ਹੁੰਦੀ ਆ, ਠੀਕ ਆ, ਉਹਦੇ ਵਿੱਚ ਕੀ ਆ ਤੁਸੀਂ ਰੈਸਟ ਪ੍ਰੋਪਰ ਕੀ ਆ ਰੈਸਟ ਕਰਨੀ ਆ। ਉਸ ਤੋਂ ਬਾਅਦ ਜੋ ਵੀ ਕੋਈ ਵੀ ਮੂਵਮੈਂਟ ਹੁੰਦੀ ਆ ਉਹ ਤੋਂ ਕੀ ਆ ਤੁਸੀਂ ਪਰਹੇਜ਼ ਕਰਨਾ। ਉਸ ਤੋਂ ਬਾਅਦ ਬੱਚੇ ਹੈਗੀ ਆ ਆਈਸ, ਆਈਸ ਹੁੰਦੀ ਆ ਬਰਫ, ਠੀਕ ਆ, ਆਈਸ ਕੀ ਹੁੰਦੀ ਆ ਬਰਫ। ਇਹ ਕੀ ਆ ਬੱਚੇ 48 ਘੰਟਿਆਂ ਦੇ ਵਿੱਚ ਵਿੱਚ ਕੀ ਆ ਜੋ ਤੁਹਾਡੀ ਜਿੱਥੇ ਇੰਜਰੀ ਹੋਈ ਆ ਉੱਥੇ ਕੀ ਇਹਦੀ ਮਸਾਜ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਹੈਗਾ ਬੱਚੇ ਕੰਪੈਂਸ਼ਨ, ਕੰਪੈਂਸ਼ਨ ਦਾ ਮਤਲਬ ਦਵਾ, ਜਿੱਥੇ ਤੁਹਾਡੀ ਇੰਜਰੀ ਆਈ ਆ ਉੱਥੇ ਕੀ ਉਹਨੂੰ ਹਲਕਾ ਹਲਕਾ ਥੋੜ੍ਹਾ ਥੋੜ੍ਹਾ ਕੀ ਆ ਆਪਣੇ ਹੱਥਾਂ ਨਾਲ ਕੀ ਆ ਤੁਸੀਂ ਉਹਨੂੰ ਦਬਾਓਗੇ। ਉਸ ਤੋਂ ਬਾਅਦ ਬੱਚੇ ਹੈਗਾ ਐਲੀਵੇਸ਼ਨ, ਜਿੱਥੇ ਇੰਜਰੀ ਹੋਈ ਆ, ਠੀਕ ਆ, ਕੋਈ ਵੀ ਪਲੇਅਰ ਆ ਜਾਂ ਕੋਈ ਵੀ ਐਥਲੀਟ ਆ ਜਿੱਥੇ ਉਹਦੇ ਇੰਜਰੀ ਹੋਈ ਆ ਉਹ ਚੀਜ਼ ਨੂੰ ਇੰਜਰੀ ਵਾਲੀ ਜਗ੍ਹਾ ਨੂੰ ਥੋੜ੍ਹਾ ਜਿਹਾ ਉੱਪਰ ਚੁੱਕਣਾ, ਥੋੜ੍ਹਾ ਜਿਹਾ ਕੀ ਆ ਉੱਪਰ ਚੁੱਕਾਂਗੇ ਤਾਂ ਕਿ ਇਹ ਜਿਹੜਾ ਉਹਦਾ ਬਲੱਡ ਹੈਗਾ, ਠੀਕ ਆ, ਉਹ ਕੀ ਆ ਘੱਟ ਹੋ ਜੇ। ਉਸ ਤੋਂ ਬਾਅਦ ਇਹ ਚੀਜ਼ਾਂ ਮੋਸਟਲੀ ਐਥਲੀਟ ਜਾਂ ਆਪਾਂ ਕਹਿ ਸਕਦੇ ਹਾਂ ਪਲੇਅਰ ਨੂੰ ਯੂਜ਼ ਕਰਨੀਆਂ ਪੈਂਦੀਆਂ, ਜਿਵੇਂ ਆਈਸ ਵਗੈਰਾ ਹੋ ਗਈ, ਠੀਕ ਹੈ, ਜਾਂ ਰੈਸਟ ਵਗੈਰਾ ਹੋ ਗਈ। ਉਸ ਤੋਂ ਬਾਅਦ ਬੱਚੇ ਆਪਾਂ ਦੇਖਾਂਗੇ ਕਵਲਰ ਐਂਡ ਰੋਸੋ, ਜਿਹਨੇ 5 ਸਟੇਜਾਂ ਦਿੱਤੀਆਂ ਸੀਗੀਆਂ, 5 ਸਟੇਜਾਂ ਦੇ ਵਿੱਚ ਕੀ ਕਿਹਾ ਅਤੇ 5 ਸਟੇਜਾਂ ਕਿਹੜੀਆਂ ਦਿੱਤੀਆਂ, ਠੀਕ ਹੈ ਵੀ। ਫਸਟ ਹੈਗੀ ਆ ਬੱਚੇ ਡੈਨੀਅਲ, ਡੈਨੀਅਲ ਕੀ ਹੁੰਦਾ ਇਨਕਾਰ, ਠੀਕ ਹੈ,
ਇਹ ਡੈਨੀਅਲ ਹੈਗੀ ਆ ਇਨਕਾਰ, ਇਹ ਇੱਕ ਅਜਿਹੀ ਅਵਸਥਾ ਹੈ ਜਿਹਦੇ ਵਿੱਚ ਕੀ ਆ ਪਲੇਅਰ ਕੋਈ ਵੀ ਗੇਮ ਖੇਡਦਾ ਉਸ ਦੇ ਕੀ ਆ ਸੱਟ ਲੱਗ ਜਾਂਦੀ ਆ, ਉਹ ਸੱਟ ਲੱਗਣ ਦੇ ਬਾਵਜੂਦ ਵੀ ਗਰਾਊਂਡ ਦੇ ਵਿੱਚ ਕੀ ਆ ਖੇਡਦਾ ਰਹਿੰਦਾ ਹੈ, ਤਾਂ ਉਹ ਇਹ ਚੀਜ਼ ਤੋਂ ਇਨਕਾਰ ਕਰ ਦਿੰਦਾ ਹੈ ਕਿ ਉਹਦੇ ਇੱਕ ਸੱਟ ਲੱਗੀ ਹੋਈ ਆ, ਤਾਂ ਇਹ ਥੋੜ੍ਹਾ ਸਮੇਂ ਦਾ ਪੀਰੀਅਡ ਹੁੰਦਾ ਜੋ ਕਿ ਚਲਾ ਜਾਂਦਾ ਹੈ। ਠੀਕ ਆ, ਇਹਨੂੰ ਕੀ ਕਿਹਾ ਜਾਂਦਾ ਹੈ ਡੈਨੀਅਲ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਬੱਚੇ ਹੈਗਾ ਗਾ ਐਂਗਰ, ਐਂਗਰ ਦਾ ਮਤਲਬ ਕੀ ਹੁੰਦਾ ਗੁੱਸਾ। ਠੀਕ ਆ, ਐਂਗਰ ਦਾ ਮਤਲਬ ਕੀ ਹੁੰਦਾ ਗੁੱਸਾ, ਅਤੇ ਇਹ ਵੀ ਇੱਕ ਅਜਿਹੀ ਅਵਸਥਾ ਹੈ ਜਿਹਦੇ ਵਿੱਚ ਕੀ ਆ ਪਲੇਅਰ ਦੇ ਜਾਂ ਅਥਲੀਟ ਦੇ ਕੋਈ ਵੀ ਐਕਟੀਵਿਟੀ ਕਰਦੇ ਜਾਂ ਕੋਈ ਵੀ ਗੇਮ ਲਾਉਂਦੇ ਕੀ ਆ ਇੱਕ ਸੱਟ ਲੱਗ ਜਾਂਦੀ ਆ, ਤਾਂ ਉਹ ਆਪਣੇ ਆਪਣਾ ਗੁੱਸੇ ਹੋ ਜਾਂਦਾ, ਉਹ ਸੋਚਦਾ ਕਿ ਇਹ ਸੱਟ ਮੇਰੀ ਲੱਗਣੀ ਸੀ, ਕਿਉਂ ਮੇਰੇ ਸੱਟ ਲੱਗੀ ਹੈ, ਹੈ ਨਾ। ਤਾਂ ਇਹ ਇੱਕ ਥੋੜ੍ਹੇ ਸਮੇਂ ਦਾ ਟਾਈਮ ਪੀਰੀਅਡ ਹੁੰਦਾ ਜਿਹਦੇ ਕਾਰਨ ਪਲੇਅਰ ਆਪਣੇ ਆਪ ਨਾਲ ਗੁੱਸੇ ਹੁੰਦਾ, ਉਹਨੂੰ ਕੀ ਕਿਹਾ ਜਾਂਦਾ ਬੱਚੇ ਐਂਗਰ ਕਿਹਾ ਜਾਂਦਾ। ਉਸ ਤੋਂ ਬਾਅਦ ਹੈਗਾ ਗਾ ਬਾਰਜ਼ਨਿੰਗ, ਬਾਰਜ਼ਨਿੰਗ ਹੁੰਦਾ ਸੌਦੇਬਾਜ਼ੀ। ਠੀਕ ਹੈ, ਜਦੋਂ ਕਿਸੇ ਵੀ ਪਲੇਅਰ ਦੇ ਜਾਂ ਅਥਲੀਟ ਦੇ ਸੱਟ ਲੱਗ ਜਾਂਦੀ ਹੈ ਤਾਂ ਉਹ ਡਾਕਟਰ ਦੇ ਪਾਸ ਚਲਾ ਜਾਂਦਾ। ਠੀਕ ਆ, ਡਾਕਟਰ ਨੂੰ ਪਤਾ ਹੁੰਦਾ ਵੀ ਇਹਦੀ ਇੰਜਰੀ ਹੋਈ ਹੈ, ਤਾਂ ਉਹ ਕੀ ਕਰਦਾ ਆਪਣੇ ਅਥਲੀਟ ਨੂੰ ਦੱਸਦਾ ਕਿ ਬੱਚੇ ਤੇਰੇ ਇੰਨਾ ਟਾਈਮ ਲੱਗ ਜਾਏਗਾ ਟ੍ਰੀਟਮੈਂਟ 'ਤੇ। ਠੀਕ ਆ, ਤਾਂ ਉੱਥੇ ਕੀ ਹੈ ਪਲੇਅਰ ਹੈ ਜੋ ਜਾਂ ਅਥਲੀਟ ਕਹਿ ਸਕਦੇ ਹਾਂ ਉਹ ਕੀ ਇੱਕ ਸੌਦੇਬਾਜ਼ੀ ਕਰ ਲੈਂਦਾ। ਠੀਕ ਆ, ਉਹਦੇ ਵਿੱਚ ਕੀ ਇੱਕ ਸੌਦੇਬਾਜ਼ੀ ਕਰ ਲੈਂਦਾ। ਉਸ ਤੋਂ ਬਾਅਦ ਹੈਗਾ ਬੱਚੇ ਡਿਪਰੈਸ਼ਨ, ਡਿਪਰੈਸ਼ਨ ਹੁੰਦਾ ਤਣਾਅ। ਠੀਕ ਆ ਵੀ, ਇੱਕ ਹੁੰਦਾ ਸਟ੍ਰੈੱਸ ਬੱਚੇ, ਇੱਕ ਹੁੰਦਾ ਡਿਪਰੈਸ਼ਨ। ਸਟ੍ਰੈੱਸ ਹੁੰਦਾ ਸ਼ੋਰਟ ਟਾਈਮ ਲਈ, ਠੀਕ ਹੈ, ਜੇ ਆਪਾਂ ਕਹਿ ਦਿੰਦੇ ਹਾਂ ਇਹਨੂੰ ਸਟ੍ਰੈੱਸ ਹੈ। ਸੈਕਿੰਡ ਦੇ ਵਿੱਚ ਕਹਾਂਗੇ ਆਪਾਂ ਡਿਪਰੈਸ਼ਨ, ਡਿਪਰੈਸ਼ਨ ਕੀ ਹੁੰਦਾ ਤਣਾਅ ਜਿਹੜਾ ਕਿ ਲੌਂਗ ਟਾਈਮ ਦੇ ਵਿੱਚ ਹੁੰਦਾ। ਉਹਦੇ ਵਿੱਚ ਕੀ ਹੈ ਜਦੋਂ ਅਥਲੀਟ ਦੇ ਸੱਟ ਲੱਗ ਜਾਂਦੀ ਹੈ, ਕੋਈ ਵੀ ਗੇਮ ਕਰਦੇ ਅਥਲੀਟ ਦੇ ਸੱਟ ਲੱਗ ਜਾਂਦੀ ਹੈ ਤਾਂ ਉਹ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਕਿ ਮੇਰੀ ਇੰਨੀ ਵਧੀਆ ਗੇਮ ਸੀ ਹੁਣ ਮੈਥੋਂ ਇਹ ਹੋਣੀ ਨਹੀਂ ਹੈਗੀ। ਠੀਕ ਆ, ਕੀ ਪਤਾ ਮੈਂ ਹੁਣ ਖੇਡ ਪਾਊਂਗਾ ਕਿ ਨਾ ਖੇਡ ਪਾਊਂਗਾ। ਤਾਂ ਫਿਰ ਵੀ ਜੇ ਉਹ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ, ਜੇ ਕੋਈ ਉਹ ਐਕਸਰਸਾਈਜ਼ ਕਰਦਾ ਜਾਂ ਕੋਈ ਵੀ ਐਕਟੀਵਿਟੀ ਕਰਦਾ, ਤਾਂ ਉਹਦਾ ਮਨ ਕੀ ਹੈ ਪੂਰੀ ਪ੍ਰੋਪਰ ਐਕਸਰਸਾਈਜ਼ ਨਹੀਂ ਕਰਵਾਉਂਦਾ, ਕਿਉਂਕਿ ਉਹ ਇੱਕ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ। ਠੀਕ ਆ, ਉਸ ਤੋਂ ਬਾਅਦ ਬੱਚੇ ਹੈਗਾ ਐਕਸੈਪਟ, ਇਹਨੂੰ ਕਹਿ ਸਕਦੇ ਹਾਂ ਆਪਾਂ ਮਨਜ਼ੂਰ ਜਾਂ ਸਵੀਕਾਰ ਕਰਨਾ। ਸਵੀਕਾਰ ਕਰਨਾ ਬੱਚੇ, ਸਵੀਕਾਰ ਕਰਨਾ ਜਦੋਂ ਕਿਸੇ ਵੀ ਅਥਲੀਟ ਦੇ ਸੱਟ ਲੱਗ ਜਾਂਦੀ ਹੈ, ਠੀਕ ਹੈ, ਕਿਸੇ ਵੀ ਤਰ੍ਹਾਂ ਦਾ ਫ੍ਰੈਕਚਰ ਹੋ ਜਾਂਦਾ, ਤਾਂ ਉਹ ਚੀਜ਼ ਆਪਣੇ ਆਪ ਨਾਲ ਇੱਕ ਸਮਝੌਤਾ ਕਰ ਲੈਂਦਾ, ਸਵੀਕਾਰ ਕਰ ਲੈਂਦਾ ਕਿ ਮੇਰੇ ਤਾਂ ਬਹੁਤ ਜ਼ਿਆਦਾ ਸੱਟ ਲੱਗ ਗਈ, ਹੁਣ ਮੈਂ ਇਹ ਗੇਮ ਨਹੀਂ ਖੇਡ ਸਕਦਾ, ਕਿਉਂਕਿ ਕਿੰਨਾ ਟਾਈਮ ਤਾਂ ਉਸਦਾ ਟ੍ਰੀਟਮੈਂਟ ਚੱਲਦਾ। ਜਿਵੇਂ ਆਪਾਂ ਫੋਰ ਐਗਜ਼ਾਮਪਲ ਤੁਸੀਂ ਦੇਖੋ ਕਿ ਕੋਈ ਵੀ ਆਪਣਾ ਕਿਸੇ ਵੀ ਤਰ੍ਹਾਂ ਦੀ ਪਰਫੋਰਮੈਂਸ ਦੇਣੀ ਆ, ਚਾਹੇ ਤੁਸੀਂ ਪਰਫੋਰਮੈਂਸ ਦੇਣੀ ਹੈਗੀ ਆਪਣੇ ਇੰਟਰਵਰਸਿਟੀ ਹੋ ਗਈ, ਚਾਹੇ ਆਲ ਇੰਡੀਆ ਹੋ ਗਿਆ, ਠੀਕ ਆ, ਉਦੋਂ ਮੌਕੇ ਦੇ ਵਿੱਚ ਕੀ ਆ ਉਹਦੇ ਇੰਜਰੀ ਹੋ ਜੇ, ਤਾਂ ਫਿਰ ਕੀ ਆ ਉਹ ਜਿਹੜਾ ਕੰਪੀਟੀਸ਼ਨ ਆ ਉਹਦਾ ਟਾਈਮ ਕੀ ਆ ਨੇੜੇ ਆਉਣ ਲੱਗ ਜਾਂਦਾ। ਫਿਰ ਬੱਚੇ ਫਿਰ ਉਹ ਆਪਣੇ ਆਪ ਨਾਲ ਸਵੀਕਾਰ ਕਰ ਲੈਂਦਾ ਕਿ ਮੇਰੇ ਸੱਟ ਲੱਗ ਗਈ ਕਿ ਹੁਣ ਮੈਂ ਇਹ ਚੀਜ਼ ਖੇਡ ਨਹੀਂ ਸਕਦਾ ਹੈਗਾ। ਇਹ ਸੀਗਾ, ਜੇ ਬੱਚੇ ਇੱਕ ਇਹ ਟ੍ਰਿਕ ਨਾਲ ਯਾਦ ਕਰੀਏ ਤਾਂ ਇਹਦਾ ਇੱਕ ਟ੍ਰਿਕ ਹੈਗਾ ਗਾ ਦਬ ਦਾ। ਠੀਕ ਆ, ਕੀ ਕਹਾਂਗੇ ਦਬ ਦਾ, ਠੀਕ ਆ, ਡੀ ਏ ਬੀ ਡੀ ਏ ਦਬ ਦਾ। ਠੀਕ ਹੈ, ਜੇ ਟ੍ਰਿਕ ਨਾਲ ਯਾਦ ਕਰਨਾ ਤਾਂ ਬਹੁਤ ਵਧੀਆ ਇਹ ਚੀਜ਼ ਆ। ਉਸ ਤੋਂ ਬਾਅਦ ਬੱਚੇ ਸਾਈਕੋਲੋਜੀਕਲ ਮੈਨੇਜਮੈਂਟ ਆਫ ਇੰਜਰਡ ਅਥਲੀਟ, ਆਪਾਂ ਦੱਸਣਾ ਕੋਗਨੈਟਿਵ ਰਿਸਪੋਂਸ। ਫਸਟ ਪੁਆਇੰਟ ਹੈਗਾ ਕੋਗਨੈਟਿਵ ਰਿਸਪੋਂਸ, ਸੈਕਿੰਡ ਹੈਗਾ ਬੱਚੇ ਇਮੋਸ਼ਨਲ ਰਿਸਪੋਂਸ, ਥਰਡ ਹੈਗਾ ਬਿਹੇਵੀਅਰ ਰਿਸਪੋਂਸ, ਫੋਰਥ ਹੈਗਾ ਗੋਲ ਨੂੰ ਸੈੱਟ ਕਰਨਾ, ਫਿਫਥ ਹੈਗਾ ਮੋਟੀਵੇਸ਼ਨ, ਉਸ ਤੋਂ ਬਾਅਦ ਹੈਗਾ ਗਾ ਛੇਵਾਂ ਪੁਆਇੰਟ ਹੈਗਾ ਮੈਡੀਟੇਸ਼ਨ, ਮੈਡੀਟੇਸ਼ਨ ਉਸ ਤੋਂ ਬਾਅਦ ਹੈਗਾ ਵਾਚ ਦਾ ਸਪੋਰਟਸ ਵੀਡੀਓ, ਫਿਰ ਏਟਥ ਹੈਗਾ ਰੀਹੈਬਲੀਟੇਸ਼ਨ। ਹੁਣ ਵਨ ਬਾਏ ਵਨ ਕੀ ਆਪਾਂ ਇਹਨਾਂ ਨੂੰ
एक्सप्लेन करांगे। जिमें बच्चे हैगा गा कोगनैटिव रिस्पोंस मतलब कि बौद्धिक प्रतिक्रिया, ठीक है, उन्होंने की है एक प्रॉपर वे नाल की है तुसी तैयार करोगे बच्चे नू, ठीक है, दिमागी तौर पर की है प्रपेयर करोगे उन्होंने, वधिया तुसी तैयार करोगे उन्होंने, ये सिखाओगे भी किसी चीज़ तो डरना नहीं है, ठीक है, वधिया कॉम्पीटिशन लड़ना, तो उन्होंने की कहा जावे कोगनैटिव रिस्पोंस, जा रिस्पोंस का मतलब की होंगे प्रतिक्रिया। उस तो बाद बच्चे हैगा इमोशनल रिस्पोंस, इमोशनल इमोशनल रिस्पोंस, रिस्पोंस का मतलब इमोशन का मतलब हैगा भावनात्मक, रिस्पोंस का मतलब हैगा प्रतिक्रिया, ठीक है, अपने इमोशन ते की है जज्बातों ते की है कंट्रोल करना ता कि असी इंजरी तो बच सकते हैं। जेकर असी अपने इमोशन ते कंट्रोल नहीं करते, ठीक है, धक्के नाल असी खेड रहे हैं कोई भी कॉम्पीटिशन लड़ रहे हैं ता कि असी एक इंजरी का कारण बनांगे, जेकर असी अपने इमोशन ते ही कंट्रोल कर लेंगे ता कि असी इंजरी तो थोड़ा बच सकते हैं। उस तो बाद हैगा बच्चे बिहेवियर, बिहेवियर रिस्पोंस व्यवहारिक प्रतिक्रिया, ठीक है, बिहेवियर की है किसी भी प्लेयर का जां आपां कॉम्पीटिशन लड़ते समय की है उहदा भी बिहेवियर का की है पता होना चाहिए, ठीक है, भी इहदा भी की बिहेवियर है ता कि आ जेकर असी आपां बिहेवियर नहीं जानते, ठीक है, आपां गुस्से नाल खेड रहे हैं उहदे विच ता कि एक दूजे दे विच आपां सट फेट खा सकते हैं जिहदे कारण की है इंजरी हो जाती है। उस तो बाद हैगा गा बच्चे गोल सैट करना, गोल सैट करना, गोल सैट किवें करया जाऊगा किसी भी एम नू लैके, ठीक है, जां किसी नू टीचे नू लैके आपां की गोल सैट कर सकते हैं, जिवें आपां कोई भी गेम दे प्रति इंटर कॉलेज खेडना होवे, इंटर वर्सिटी खेडनी होवे, ऑल इंडिया लाउणी होवे की असी एक गोल सैट करना इंजरी तो बच के। उस तो बाद हैगा गा बच्चे मोटिवेशन, मोटिवेशन असी अपने आप नूं भी मोटिवेशन करना ते दूसरे अथलीट जां आपां कह सकदे आं प्लेयर नूं भी मोटिवेशन करना, जिवें आपां कह सकदे आं इंटरनल ते एक्सटरनल। वो तुहानूं पता ही है बच्चे कि मोटिवेशन दो तरह दे हुंदे आ, इंटरनल ते एक्सटरनल, आपां प्लेयर नूं इंटरनल भी मोटिवेशन कर सकदे आं ते एक्सटरनल भी मोटिवेशन कर सकदे आं। उस तो बाद हैगा गा बच्चे मेडिटेशन, मेडिटेशन का मतलब की हुंदा ध्यान लाउणा, फोकस करना, ठीक है, किसी भी चीज़ पर फोकस करना जां आपां कह सकते हैं गेम उपर फोकस करना, जेकर बच्चे असी गेम उपर फोकस करांगे, ठीक है, तां कि असी इंजरी तो दूर हो सकते हैं, जेकर असी गेम ते नहीं फोकस करते ध्यान साडा किते होर आ फिजिकली असी इत्थे आपां ग्राउंड दे विच आ तां कि एक इंजरी हो सकती है, पूरी चीज़ जो भी आ फोकस करके जो भी चीज़ खेडनी है, ठीक है, कोई भी गेम लाउणी आ उहदे की है थोड़ा पूरा फोकस होना चाहिए। उस तो बाद हैगा बच्चे वाच दा स्पोर्ट्स वीडियो, ठीक है, इंजरी नूं किवें घटा सकते हैं आपां, कोई भी चीज़ चल रही है हुण तां तुहानूं पता ही है कि अजकल इंटरनेट चल पे ता कोई भी आपां टीवी वगैरह ते कोई भी चीज़ जां कह सकते हैं गेम वगैरह देखते हैं ता अपनी कोई भी गेम हुंदी है ता असी उह चीज़ नूं उत्थे कैच करते हैं, ठीक है, ता फाउल वगैरह देखते हैं उहदे विच ता एक दूजे तो भिड़न दे विच देखते हैं भी वह आपस में एक दूजे नाल टकरा तां नहीं रहे हैगे, ता इस करके भी चीज़ देखण नाल भी कह सकते हैं कि इंजरी दूर हो जाती है। जे कोई आपां कोई गेम कर रहा है, ठीक है, टीवी दे विच ता आपां गेम देख रहे हैं ता उस वो देखण दे बावजूद भी की आ इंजरी तो आपां बच सकते हैं भी वह किवें खेडदे ते किन्ना वधिया खेडदे आ। उस तो बाद हैगा रीहैबिलिटेशन, रीहैबिलिटेशन का मतलब हैगा मुड़ पुनर्वास, जदों एक अथलीट दे इंजरी हो जाती है, जो एक अथलीट दे इंजरी हो जाती है ता वो देखदा कि उसनू रिकवरी का किन्ना टाइम चाहिदा है, जिन्ना टाइम उसनू रिकवरी का चाहिदा है रिकवरी हो के, ठीक है, रेस्ट करके वो उसे समय दे विच की आ मुड़ वापस गेम दे विच आवे उहनू की कहा जांदा रीहैबिलिटेशन, जां रीहैबिलिटेशन कहा जांदा मुड़ पुनर्वास, मतलब कि जदों सट लग गई दोबारा रिकवर होके उस गेम दे विच आ जाना। उस तो बाद आपां कह सकते हैं एमरजेंसी केयर, एमरजेंसी केयर की हुंदी आ कि कदों भी अपने सट लगती है, ठीक है, तो आपां नूं पहलां की अपनी डिस्पेंसरी दे विच चैक करवाउणा पैंदा है, तो जो इंजरी आ जाती है तो पहले डिस्पेंसरी के चैक करवाना चाहिए, जेकर उत्थे असी नहीं सैट आते तो की है बच्चे थोनू की है डॉक्टर की सलाह नाल की है अपना मेडिकल दिखा के उत्थे की है चैकअप करवाना चाहिए, ठीक है, ये अज का टॉपिक। थैंक यू।